ਸਿੱਧੂ ਮੂਸੇ ਵਾਲਿਆਂ ਦੀ ਪੰਜਾਬ ਨੂੰ ਕੋਈ ਦੇਣ ਨਹੀਂ, ਉਹ ਇੱਕ ਗਾਉਣ ਵਾਲਾ ਸੀ। ਪਰ ਇੱਥੇ ਤਾਂ ਉਹ ਤਾਂ ਚਲੋ 20 ਸਾਲਾਂ ਤੋਂ ਗਾਉਂਦਾ ਸੀ, ਉਹ ਤਾਂ ਗਾਉਣ ਵਾਲਾ ਸੀ, ਉਹ ਤਾਂ ਕਿੱਤਾ ਸੀ। ਇੱਥੇ ਜਿਹੜੇ 20 ਸਾਲਾਂ ਤੋਂ ਕੀ ਕਥਾ ਸੁਣਦੇ ਆ, ਦੀਵਾਨ ਆਪਦੇ ਪਿੰਡਾਂ 'ਚ ਲਵਾਉਂਦੇ ਆ, ਕੀਰਤਨ ਕਰਦੇ ਆ ਅਤੇ ਖੁਦ ਪ੍ਰਚਾਰਕ ਆ, ਉਹ ਗੰਦੇ ਗੀਤਾਂ 'ਤੇ ਨੱਚ ਰਹੇ, ਉਹਨਾਂ ਦੀ ਵੀਡੀਓ ਆਈ ਆ, ਉਹਨਾਂ ਬਾਰੇ ਕਦੇ ਆਪਾਂ ਦੋ ਅੱਖਰ ਲਿਖੇ? ਤੁਹਾਡੀ ਕੀ ਕੌਮ ਨੂੰ ਦੇਣਾ? ਜਦੋਂ ਦੀਪ ਸਿੱਧੂ ਜਾਂਦਾ ਸੀ ਉਦੋਂ ਸਾਰੀ ਉਮਰ ਢੋਲਕੀਆਂ ਕੁੱਟਣ ਵਾਲੇ ਲਿਖਦੇ ਸੀਗੇ ਕਿ ਪੜ੍ਹੇ ਲਿਖੇ ਹਿਰਨ ਤੋਂ ਬਚ ਕੇ ਰਹੋ। ਤੁਹਾਨੂੰ ਦੀਪ ਸਿੱਧੂ ਵੀ ਬੁਰਾ ਲੱਗਿਆ? ਅਤੇ ਉਹ ਹਲੇ 8 ਤਰੀਕ ਨੂੰ ਭੋਗ ਪਿਆ, 9-10 ਨੂੰ ਉਹਦੀਆਂ ਤੁਸੀਂ ਉਹਦੀ ਮਿੱਟੀ ਪੱਟਣ ਲੱਗ ਗਏ। ਹੌਂਸਲਾ ਦੇਣਾ ਤਾਂ ਉਹਦੇ ਮਾਂ ਪਿਓ ਨੂੰ ਹੌਂਸਲਾ ਦਿਓ। ਸਿੱਧੂ ਮੂਸੇਵਾਲੇ ਦੀਆਂ ਮੰਗਲੀਆਂ ਮੈਂ ਹੁਣ 2-3 ਇੱਥੇ ਇੰਟਰਵਿਊਆਂ ਵੀ ਸੁਣੀਆਂ ਨੇ। ਉਹ ਬਾਬਾ ਜਰਨੈਲ ਸਿੰਘ ਨੂੰ ਪੜ੍ਹਦਾ ਸੀ, ਉਹ ਵਿਲਗੇ ਤੋਂ ਟਰਾਲੀ ਬਣਾ ਕੇ ਲੈ ਕੇ ਆਇਆ, ਉਹਦੇ ਬਾਬਾ ਜਰਨੈਲ ਸਿੰਘ ਦੇ ਬੋਲ ਲਿਖੇ ਹੋਏ, ਕਿੱਡੀ ਜ਼ਰੂਰਤ ਹੋਏ। ਉਹਦੇ ਡੌਲੇ 'ਤੇ ਟੈਟੂ ਬਣਿਆ ਹੋਇਆ, ਜਾਂ ਰਾਜ ਕਰ ਹੈ ਜਾਂ ਲੜ ਮਰ ਹੈ, ਇਹ ਜ਼ਰੂਰਤ ਵਾਲਾ ਬੰਦਾ ਹੀ ਲਿਖਾ ਸਕਦਾ। ਅਤੇ ਉਹ ਉਹਦੇ ਨਿਆਟ ਗੈਰਾਂ 'ਤੇ ਬਾਬਾ ਜਰਨੈਲ ਸਿੰਘ ਦੀ ਫੋਟੋ ਲੱਗੀ ਹੋਈ। ਉਹ ਜਦੋਂ ਇਹੋ ਜਿਹੀਆਂ ਗੱਲਾਂ ਪੜ੍ਹਦਾ ਸੁਣਦਾ ਅਤੇ ਉਹ ਸ਼ਰੇਆਮ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨਾਲ ਗੱਲ ਕਰਦਾ ਉਹ। ਪਰ ਇਹਨਾਂ ਦਿਨਾਂ ਦੇ ਵਿੱਚ ਉਹਨੇ ਪੰਜਾਬ ਦੀ ਗੱਲ ਕਰਨੀ ਸ਼ੁਰੂ ਕੀਤੀ, ਆਪਣੇ ਪਿਛਲੇ ਗਲਤੀਆਂ ਗੁਨਾਹਾਂ ਨੂੰ ਛੱਡ ਕੇ। ਤੁਸੀਂ ਕਿਸਾਨੀ ਅੰਦੋਲਨ 'ਚ ਉਹਦਾ ਬੋਲਿਆ ਹੋਇਆ ਪੰਜਾਬ ਗੀਤ ਸੁਣ ਕੇ ਵੇਖੋ, ਆਉਣ ਵਾਲਾ SYL ਗੀਤ ਸਟਾਲਨ ਵੀਰ ਹੋਣਾ ਜਿਵੇਂ ਦੱਸਿਆ ਉਹ ਸੁਣ ਕੇ ਵੇਖੋ। ਬਲਵਿੰਦਰ ਸਿੰਘ ਜਟਾਣਾ ਜਿਸ ਦੇ ਪਰਿਵਾਰ ਨੂੰ 1991 ਦੇ ਵਿੱਚ ਨਿਹੰਗ ਪੂਲੇ ਨੇ ਖਤਮ ਕਰਤਾ ਸੀ, ਤਾਂ ਬਲਵਿੰਦਰ ਸਿੰਘ ਜਟਾਣੇ ਦੀ ਗੱਲ ਕਰਦਾ, ਜਿਸ ਜਟਾਣਾ ਜੀ ਨੇ SYL ਨੂੰ ਨੱਕਾ ਲਾਇਆ ਅਤੇ ਅੱਜ ਤੱਕ ਨਹੀਂ ਖੋਲ੍ਹ ਸਕੀ ਸਰਕਾਰ, ਉਹ ਪੰਜਾਬ ਦੀ ਗੱਲ ਕਰਦਾ, 84 ਦੀ ਗੱਲ ਕਰਦਾ। ਅਸੀਂ ਉਹਨੂੰ ਕਾਂਗਰਸ ਦਾ ਪੁੱਤ ਕਹਿ ਕੇ, ਇੱਕ ਗਾਉਣ ਵਾਲਾ ਕਹਿ ਕੇ ਬਦਨਾਮ ਕਰਦੇ ਹਾਂ। ਉਹਦਾ ਕਿੱਤਾ ਸੀ, ਉਹਨੇ ਗਾਇਆ, ਉਹਨੇ ਤਾਂ ਕਦੇ ਕਿਹਾ ਹੀ ਨਹੀਂ ਮੈਂ ਕਾਲ ਤਖ਼ਤ ਜਿੱਥੇ ਯਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਪੰਜਾਬ ਦਾ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ, ਉਹਨੂੰ ਇੱਕ ਸਾਜ਼ਿਸ਼ ਤਹਿਤ ਕਤਲ ਕਰ ਦਿੱਤਾ ਗਿਆ। ਉਹ ਕਿਹੜੀ ਸਾਜ਼ਿਸ਼ ਦਾ ਸ਼ਿਕਾਰ ਹੋਇਆ, ਇਹ ਹਲੇ ਪਰਤਾਂ ਖੁੱਲ੍ਹਣਗੀਆਂ। ਪਰ ਪਿਛਲੇ 2 ਦਿਨਾਂ ਤੋਂ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਅਤੇ ਉਹ ਨੈਰੇਟਿਵ ਸਿਰਜਣ ਦੇ ਵਿੱਚ ਸਾਡੇ ਭੁੱਲੜ ਸਿੱਖ ਭਰਾ ਨੇ ਜਿਹੜੇ ਉਹਦਾ ਸ਼ਿਕਾਰ ਹੋ ਰਹੇ ਆ, ਖਾਸ ਤੌਰ 'ਤੇ ਆਪਣੇ ਆਪ ਨੂੰ ਗੁਰਮਤ ਦੇ ਦਾਅਵੇਦਾਰ ਸਮਝਣ ਵਾਲੇ। ਉਹ ਕਹਿ ਰਿਹਾ ਵੀ ਸਿੱਧੂ ਮੂਸੇਵਾਲਿਆਂ ਦੀ ਪੰਜਾਬ ਨੂੰ ਕੋਈ ਦੇਣ ਨਹੀਂ, ਉਹ ਇੱਕ ਗਾਉਣ ਵਾਲਾ ਸੀ, ਅਤੇ ਜਾਂ ਬਹਾਨੇ ਨਾਲ ਕਿ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ ਹੈ। ਯਾਦ ਰੱਖਿਓ, ਸਭ ਦੇ ਯਾਦ ਹੈ ਕਿ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ, ਇਹ ਪੰਜਾਬ ਜਿਉਂਦੇ ਹੀ ਗੁਰਾਂ ਦੇ ਨਾਂ 'ਤੇ ਆ, ਕੋਈ ਨਹੀਂ ਭੁੱਲਿਆ, ਨਾ ਕੋਈ ਭੁੱਲੇਗਾ। ਹੁਣ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ, ਮੂਸੇਵਾਲੇ ਦਾ ਭੋਗ 8 ਜੂਨ ਨੂੰ ਪਿਆ। ਇੱਕ ਮਾਂ ਦਾ, ਇੱਕ ਬਾਪ ਦਾ ਇਕਲੌਤਾ ਪੁੱਤ ਦੁਨੀਆਂ 'ਚੋਂ ਚਲਾ ਗਿਆ, ਜਿਹੜਾ ਉਹਨਾਂ ਲਈ ਬਹੁਤ ਆਗਿਆਕਾਰੀ ਸੀ ਅਤੇ ਹੀਰਾ ਸੀ। ਮਾਂ ਬਾਪ ਲਈ ਤਾਂ ਆਪਦਾ ਪੁੱਤ ਚੰਗਾ ਹੀ ਹੁੰਦਾ ਚਾਹੇ ਨਲਾਇਕ ਹੋਵੇ। ਉਸ ਬੱਚੇ ਨੇ ਤਾਂ ਫਿਰ ਵੀ ਆਪਣੇ ਮਾਂ ਪਿਓ ਦਾ, ਪਿੰਡ ਦਾ, ਪੰਜਾਬ ਦਾ, ਦਸਤਾਰ ਦਾ, ਦੁਨੀਆਂ ਭਰ 'ਚ ਨਾਂ ਰੌਸ਼ਨ ਕੀਤਾ, ਜੇ ਉਹਦੀ ਇੱਕ ਵੱਖਰੀ ਰਿਸਪੈਕਟ ਆ। ਹੁਣ ਉਹਦੇ ਬਾਰੇ ਨੈਰੇਟਿਵ ਸਿਰਜਿਆ ਜਾ ਰਿਹਾ, ਉਹ ਕਾਂਗਰਸ ਦਾ ਪੁੱਤ ਸੀ, ਉਹ ਗਾਉਣ ਵਾਲਾ ਸੀ, ਉਹ ਕੋਈ ਸੇਧ ਨਹੀਂ ਦੇ ਸਕਦਾ ਇਵੇਂ। ਅਸਲ ਦੇ ਵਿੱਚ ਉਹਦੀਆਂ ਜਿਹੜੀਆਂ ਜਿਉਂਦੇ ਜੀ ਉਹਨੇ ਜੋ ਗੱਲਾਂ ਕੀਤੀਆਂ, ਜਦੋਂ ਉਹਨੇ ਗੀਤ ਗਾਇਆ ਸੀ ਕਿ ਮੈਂ ਗੁਰਬਖਸ਼ ਗਵਾਚਾ ਇਟਲੀ ਤੋਂ ਆਇਆ ਹਾਂ, ਮੈਂ ਇਸ ਗੀਤ ਨੂੰ ਉਹਦੇ ਜਿਉਂਦੇ ਜੀ ਕੰਡੈਮ ਕੀਤਾ ਸੀ, ਉਹਦਾ ਵਿਰੋਧ ਕੀਤਾ ਸੀ। ਮਾਤਾ ਭਾਗ ਕੌਰ ਬਾਰੇ ਮੂਸੇਵਾਲੇ ਨੇ ਗੀਤ ਗਾਇਆ ਸੀ, ਉਹਨੂੰ ਵੀ ਮੈਂ ਕੰਡੈਮ ਕੀਤਾ ਸੀ, ਬਹੁਤ ਸਾਰੇ ਹੋਰ ਭੈਣ ਭਰਾਵਾਂ ਨੇ ਕੰਡੈਮ ਕੀਤਾ ਸੀ, ਪਰ ਉਹਦੀ ਇੱਕ ਸਿਆਣਪ ਸੀ, ਮੂਸੇਵਾਲੇ ਨੇ ਜਿਉਂਦੇ ਜੀ ਆਪਣੀ ਇਸ ਗਲਤੀ ਦੀ ਜਨਤਕ ਰੂਪ 'ਚ ਮੁਆਫ਼ੀ ਮੰਗੀ ਸੀਗੀ, ਆਪਾਂ ਸਾਰੇ ਜਾਣਦੇ ਹਾਂ। ਉਹਦੇ ਅੰਦਰ ਮਾਧਵ ਨੂੰ ਲੱਗਿਆ ਵੀ ਉਹਨੇ ਕਿਹਾ ਮੈਂ ਪੰਥ ਦਾ ਹਿੱਸਾ, ਮੈਂ ਪੰਥ ਤੋਂ ਬਾਹਰ ਨਹੀਂ ਹੈਗਾ, ਕੌਮ ਤੋਂ ਬਾਹਰ ਨਹੀਂ, ਉਹਨੇ ਮੁਆਫ਼ੀ ਮੰਗ ਲਈ ਸੀ। ਅੱਜ ਉਹਨੂੰ ਇਸ ਇੱਕ ਚਲਾਏ ਹੋਏ ਨੈਰੇਟਿਵ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਚਲੋ, ਉਹ ਤਾਂ ਇੱਕ ਗਾਉਣ ਵਾਲਾ ਸੀ, ਛੋਟੀ ਉਮਰ ਦਾ ਸੀ, ਉਹ ਤੋਂ ਗਲਤੀਆਂ ਹੋਈਆਂ, ਉਹਨੇ ਸਵੀਕਾਰ ਵੀ ਲਈਆਂ। ਪਰ ਇੱਥੇ ਤਾਂ ਉਹ ਤਾਂ ਚਲੋ 20 ਸਾਲਾਂ ਤੋਂ ਗਾਉਂਦਾ ਸੀ, ਉਹ ਤਾਂ ਗਾਉਣ ਵਾਲਾ ਸੀ, ਉਹ ਤਾਂ ਕਿੱਤਾ ਸੀ। ਇੱਥੇ ਜਿਹੜੇ 20 ਸਾਲਾਂ ਤੋਂ ਕੀ ਕਥਾ ਸੁਣਦੇ ਆ, ਦੀਵਾਨ ਆਪਦੇ ਪਿੰਡਾਂ 'ਚ ਲਵਾਉਂਦੇ ਆ, ਕੀਰਤਨ ਕਰਦੇ ਆ ਅਤੇ ਖੁਦ ਪ੍ਰਚਾਰਕ ਆ, ਉਹ ਗੰਦੇ ਗੀਤਾਂ 'ਤੇ ਨੱਚ ਰਹੇ, ਉਹਨਾਂ ਦੀ ਵੀਡੀਓ ਆਈ ਆ, ਉਹਨਾਂ ਬਾਰੇ ਕਦੇ ਆਪਾਂ ਦੋ ਅੱਖਰ ਲਿਖੇ? ਸਿੱਖ ਪ੍ਰਚਾਰਕ ਆ, ਕਹਿ ਆਪਣੇ ਆਪ ਨੂੰ ਬਹੁਤ ਮਹਾਨ ਸਮਝਦਾ ਉਹਦਾ ਚੇਲਾ ਗਾ, ਗੰਦੇ ਗੀਤਾਂ 'ਤੇ ਨੱਚਦੇ ਦੀ ਵੀਡੀਓ ਆਈ ਆ, ਚੁਟਕੀਆਂ ਮਾਰਦੇ ਦੀ, ਉਹਦੇ ਬਾਰੇ ਤਾਂ ਆਪਾਂ ਕਦੇ ਦੋ ਅੱਖਰ ਲਿਖੇ ਨਹੀਂ। ਮੂਸੇਵਾਲਾ ਤੱਕ ਗਾਉਣ ਵਾਲਾ ਸੀ, ਉਹਦਾ ਕਿੱਤਾ ਸੀ ਉਹਨੇ ਕਰਿਆ। ਪਰ ਇਹਨਾਂ ਦਿਨਾਂ ਦੇ ਵਿੱਚ ਉਹਨੇ ਪੰਜਾਬ ਦੀ ਗੱਲ ਕਰਨੀ ਸ਼ੁਰੂ ਕੀਤੀ ਸੀ, ਆਪਣੇ ਪਿਛਲੇ ਗਲਤੀਆਂ ਗੁਨਾਹਾਂ ਨੂੰ ਛੱਡ ਕੇ। ਤੁਸੀਂ ਕਿਸਾਨੀ ਅੰਦੋਲਨ 'ਚ ਉਹਦਾ ਬੋਲਿਆ ਹੋਇਆ ਪੰਜਾਬ ਗੀਤ ਸੁਣ ਕੇ ਵੇਖੋ, ਆਉਣ ਵਾਲਾ SYL ਗੀਤ ਸਟਾਲਨ ਵੀਰ ਹੋਣਾ ਜਿਵੇਂ ਦੱਸਿਆ ਉਹ ਸੁਣ ਕੇ ਵੇਖੋ।
ਬਲਵਿੰਦਰ ਸਿੰਘ ਜਟਾਣਾ ਜਿਸ ਦੇ ਪਰਿਵਾਰ ਨੂੰ ਅਗਸਤ 1991 ਦੇ ਵਿੱਚ ਨਿਹੰਗ ਪੂਲੇ ਨੇ ਖਤਮ ਕਰਤਾ ਸੀਗਾ। ਬਲਵਿੰਦਰ ਸਿੰਘ ਜਟਾਣੇ ਦੀ ਗੱਲ ਕਰਦਾ ਜਿਸ ਜਟਾਣਾ ਜੀ ਨੇ SYL ਨੂੰ ਨੱਕਾ ਲਾਇਆ ਤੇ ਅੱਜ ਤੱਕ ਨਹੀਂ ਖੋਲ ਸਕੀ ਸਰਕਾਰ, ਉਹ ਪੰਜਾਬ ਦੀ ਗੱਲ ਕਰਦਾ, 84 ਦੀ ਗੱਲ ਕਰਦਾ। ਤੇ ਅਸੀਂ ਉਹਨੂੰ ਕਾਂਗਰਸ ਦਾ ਪੁੱਤ ਕਹਿ ਕੇ, ਇੱਕ ਗਾਉਣ ਵਾਲਾ ਕਹਿ ਕੇ ਬਦਨਾਮ ਕਰਦੇ ਹਾਂ। ਉਹਦਾ ਕਿੱਤਾ ਸੀ, ਉਹਨੇ ਗਾਇਆ, ਉਹਨੇ ਤਾਂ ਕਦੇ ਕਹੀ ਨਹੀਂ ਮੈਂ ਕਾਲ ਤਖ਼ਤ ਦਾ ਜਥੇਦਾਰ। ਮੈਨੂੰ ਦੱਸੋ ਜੀ, ਉਹ ਕਾਂਗਰਸ ਦਾ ਪੁੱਤ ਆ ਤੇ ਇੱਥੇ ਜਿਹੜੇ ਬੰਦੇ ਇੱਕ MLA ਦੇ ਮਗਰ ਬਠਿੰਡੇ ਮੈਂ ਦੇਖਿਆ ਸੀ, DC ਦਫ਼ਤਰ ਦੇ ਵਿੱਚ ਮਿੰਨਤਾਂ ਕਰਦੇ ਫਿਰਦੇ ਸੀ ਆਪਦਾ ਲਾਇਸੈਂਸ ਨਿਊ ਕਰਾਉਣ ਲਈ ਵੱਡੇ ਪੰਥਕ, ਤੇ ਉਹ ਫਿਰ ਜਿਹੜੇ MLA ਮਗਰ ਫਿਰਦੇ ਸੀ ਉਹ ਕਿਹੜਾ ਕਾਲ ਤਖ਼ਤ ਦਾ ਜਥੇਦਾਰ ਸੀ, ਉਹ ਵੀ ਕਾਂਗਰਸ ਦੀ ਸੀ। ਇੱਕ ਪੰਜਾਬ ਦਾ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਆ, ਉਹਦੇ ਨਾਲ ਖਿਚਾਈ ਹੋਈ ਆਪਦੀ ਫੋਟੋ ਮੈਂ ਲੋਕਾਂ ਨੂੰ ਦਿਖਾਉਂਦੇ ਫਿਰਦੇ ਸੀ ਵੀ ਸਾਡੀ ਪ੍ਰਗਟ ਸਿੰਘ ਨਾਲ ਸਿੱਧੀ ਆ। ਪ੍ਰਗਟ ਸਿੰਘ ਕਿਹੜਾ ਕਾਲ ਤਖ਼ਤ ਦਾ ਜਥੇਦਾਰ ਸੀ, ਉਹ ਵੀ ਤਾਂ ਕਾਂਗਰਸ ਹੀ ਸੀ। ਤੇ ਫਿਰ ਸਿੱਧੂ ਮੂਸੇ ਦਾ ਸ਼ਰੇਆਮ ਚੋਣ ਲੜੀ ਆ, ਉਹਨੇ ਕੋਈ ਲੁੱਕ ਛਿਪ ਕੇ ਤਾਂ ਕਰਿਆ ਨਹੀਂ, ਉਹ ਤਾਂ ਜਿਹਦਾ ਬਣਿਆ ਸ਼ਰੇਆਮ ਆ ਨਾ ਉਹਨੇ। ਫਿਰ ਇੱਥੇ ਲੁੱਕ ਛਿਪ ਵੀ ਪਾਰਟੀਆਂ ਨੂੰ ਫੰਡ ਦਿੰਦੇ ਰਹੇ ਤੁਸੀਂ, ਤੁਹਾਡੀ ਕੀ ਕੌਮ ਨੂੰ ਦੇਣਾ। ਜਦੋਂ ਦੀਪ ਸਿੱਧੂ ਜਾਂਦਾ ਸੀ ਉਦੋਂ ਸਾਰੀ ਉਮਰ ਢੋਲਕੀਆਂ ਕੁੱਟਣ ਵਾਲੇ ਲਿਖਦੇ ਸੀਗੇ ਕਿ ਪੜ੍ਹੇ ਲਿਖੇ ਹਿਰਨ ਤੋਂ ਬਚ ਕੇ ਰਹੋ, ਤੁਹਾਨੂੰ ਦੀਪ ਸਿੱਧੂ ਵੀ ਬੁਰਾ ਲੱਗਿਆ। ਅੱਜ ਤੁਸੀਂ ਬਹਾਨਾ ਕਿ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ, ਪੰਜਾਬ ਤਾਂ ਭਾਈ ਗੁਰਾਂ ਦੇ ਨਾਂ ਤੇ ਵੱਸਦਾ, ਸਭ ਨੂੰ ਪਤਾ। ਸੋ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ, ਆਮ ਨਾ ਸਾਡੇ ਇੱਕ ਸੱਭਿਅਕ ਗੱਲ ਆ, ਜਦੋਂ ਕਿਸੇ ਦਾ ਨੌਜਵਾਨ ਗਵਾਂਢ 'ਚ ਚੜ੍ਹਾਈ ਕਰ ਜਾਂਦਾ ਪੁੱਤ ਜਾਂ ਧੀ, ਤਾਂ ਉਸ ਸਾਲ ਆਪਾਂ ਦੀਵਾਲੀ ਲੋਹੜੀ ਦੀਆਂ ਖੁਸ਼ੀਆਂ ਨਹੀਂ ਸਾਂਝੀਆਂ ਕਰਦੇ ਹੁੰਦੇ ਵੀ ਭਾਈ ਸੋਗ ਆ, ਗਵਾਂਢੀਆਂ ਦਾ ਨੌਜਵਾਨ ਮਰਿਆ। ਅਤੇ ਇਹ ਪੰਜਾਬ ਦਾ ਪੁੱਤ ਮਰਿਆ, ਮਾਂ ਬਾਪ ਦਾ ਇੱਕ ਨਹੀਂ, ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਉਹ ਜਿਹੜੇ ਮਰਜ਼ੀ ਤਰੀਕੇ ਨੇ, ਇੱਕ ਵੱਖਰਾ ਵਿਸ਼ਾ ਉਹਦਾ। ਅਤੇ ਉਹ ਹਲੇ 8 ਤਰੀਕ ਨੂੰ ਭੋਗ ਪਿਆ, 9-10 ਨੂੰ ਉਹਦੀਆਂ ਤੁਸੀਂ ਉਹਦੀ ਮਿੱਟੀ ਪੱਟਣ ਲੱਗ ਗਏ। ਹੌਂਸਲਾ ਦੇਣਾ ਤਾਂ ਉਹਦੇ ਮਾਂ ਪਿਓ ਨੂੰ ਹੌਂਸਲਾ ਦਿਓ, ਉਹਨੂੰ ਕੋਈ ਗੱਲ ਨਹੀਂ ਭਾਈ, ਹੌਂਸਲਾ ਰੱਖੋ। ਅੱਜ ਉਹ ਵਾਪਸ ਮੁੜ ਰਿਹਾ ਸੀ ਪੰਜਾਬ ਵਾਲੇ ਪਾਸੇ ਨੂੰ, ਉਹਦੇ ਸੁਣ ਕੇ ਦੇਖੋ ਗੀਤ। ਅਤੇ ਅਗਲੀ ਗੱਲ ਮੈਂ ਉਹਨਾਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਸਿੱਧੂ ਮੂਸੇਵਾਲ ਨੂੰ ਫਾਲੋ ਕਰਦੇ ਆ, ਪਿਆਰ ਕਰਦੇ ਆ, ਕਰੋੜਾਂ ਦੀ ਗਿਣਤੀ 'ਚ ਆ। ਮੈਂ ਦੇਖਿਆ ਕਿ ਉਹਦੀ ਉਹ ਜਿਹੜੀ ਬਣੀ ਹੋਈ ਜਿੱਥੇ ਸੰਸਕਾਰ ਹੋਏ ਉੱਥੇ ਜਾ ਕੇ ਮੱਥਾ ਟੇਕ ਰਹੇ ਆ। ਇਵੇਂ ਨਾ ਕਰੋ, ਨਾ ਤਾਂ ਕਦੇ ਤਸਵੀਰਾਂ ਦੇ ਵਿੱਚੋਂ ਅਤੇ ਨਾ ਕਦੇ ਜਿਹੜੀਆਂ ਮੱਟੀਆਂ ਕਬਰਾਂ ਬਣਾਈਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਨਹੀਂ ਕੁਝ ਵੀ ਨਿਕਲਦਾ, ਨਿਕਲਦਾ ਹੁੰਦਾ ਕੁਝ ਵਿਚਾਰਧਾਰਾ 'ਚੋਂ, ਵਿਚਾਰਧਾਰਾ ਨੂੰ ਅਪਣਾਓ। ਸਿੱਧੂ ਮੂਸੇਵਾਲ ਦੀਆਂ ਮੰਗਲੀਆਂ ਮੈਂ ਹੁਣ 2-3 ਇੱਥੇ ਇੰਟਰਵਿਊਆਂ ਵੀ ਸੁਣੀਆਂ ਨੇ। ਉਹ ਬਾਬਾ ਜਰਨੈਲ ਸਿੰਘ ਨੂੰ ਪੜ੍ਹਦਾ ਸੀ, ਉਹ ਵਿਲਗੇ ਤੋਂ ਟਰਾਲੀ ਬਣਾ ਕੇ ਲੈ ਕੇ ਆਇਆ, ਉਹਦੇ ਬਾਬਾ ਜਰਨੈਲ ਸਿੰਘ ਦੇ ਬੋਲ ਲਿਖੇ ਹੋਏ, ਕਿੱਡੀ ਜ਼ਰੂਰਤ ਹੋਏਗੀ। ਉਹਦੇ ਡੌਲੇ 'ਤੇ ਟੈਟੂ ਬਣਿਆ ਹੋਇਆ, ਜਾਂ ਰਾਜ ਕਰ ਹੈ ਜਾਂ ਲੜ ਮਰ ਹੈ, ਇਹ ਜ਼ਰੂਰਤ ਵਾਲਾ ਬੰਦਾ ਹੀ ਲਿਖਾ ਸਕਦਾ। ਅਤੇ ਉਹਦੇ ਨਿਆਟ ਗੈਰਾਂ 'ਤੇ ਬਾਬਾ ਜਰਨੈਲ ਸਿੰਘ ਦੀ ਫੋਟੋ ਲੱਗੀ ਹੋਈ ਆ। ਉਹ ਜਦੋਂ ਇਹੋ ਜਿਹੀਆਂ ਗੱਲਾਂ ਪੜ੍ਹਦਾ ਸੁਣਦਾ, ਅਤੇ ਉਹ ਸ਼ਰੇਆਮ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨਾਲ ਗੱਲ ਕਰਦਾ, ਉਹ ਕਰਦਾ ਪੰਜਾਬ ਦੀ ਗੱਲ, ਬੇਫਿਕਰ ਬੇਖੌਫ ਹੋ ਕੇ ਕਰਦਾ। ਉਹਦਾ SYL ਗੀਤ ਵੀ ਆ ਜਾਣਾ, ਸੁਣ ਕੇ ਵੇਖਿਓ। ਸੋ ਬੇਨਤੀ ਆ ਨੌਜਵਾਨ ਵੀਰਾਂ ਨੂੰ ਵੀ ਉਹਦੀ ਮੱਟੀ ਬਣਾ ਕੇ ਮੱਥਾ ਨਾ ਟੇਕੋ, ਉਹਦੇ ਮਾਂ ਪਿਓ ਨੇ ਵੀ ਤੁਹਾਨੂੰ ਮਨ੍ਹਾ ਕੀਤਾ। ਅਤੇ ਤੁਸੀਂ ਜੇ ਬਾਕੀ ਪੜ੍ਹਨਾ, ਬਾਕੀ ਤਾਂ ਮੂਸੇਵਾਲਾ ਪੰਜਾਬ ਬਾਰੇ ਉਹਨੇ ਪੜ੍ਹਨਾ ਸ਼ੁਰੂ ਕੀਤਾ ਸੀ, ਮੂਸੇਵਾਲ ਨੇ ਸਿੱਖ ਸੰਘਰਸ਼ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ, ਮੂਸੇਵਾਲੇ ਨੇ ਜੂਨ 84 ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ। ਨੌਜਵਾਨ ਵੀਰਾਂ ਨੂੰ ਬੇਨਤੀ ਆ, ਜਿਹੜੇ ਮੂਸੇਵਾਲੇ ਨੂੰ ਫਾਲੋ ਕਰਦੇ ਹੋ, ਆਹ ਜਿਹੜੇ ਨਕਲੀ ਪੰਥਕ ਕੰਡੈਮ ਕਰਨ ਲੱਗੇ ਹੋਏ ਮੂਸੇਵਾਲੇ ਨੂੰ, ਇਹਨਾਂ ਦੀ ਪਰਵਾਹ ਨਾ ਕਰੋ। ਇਹਨਾਂ ਲੋਕਾਂ ਦੀ ਸੋਚ ਹੀ ਇਹੋ ਜਿਹੀ ਆ, ਇਹ ਤਾਂ ਇਹ ਸੋਚਦੇ ਵੀ ਸਾਰਾ ਦਾਰੋਮਦਾਰ ਸਾਡੇ ਸਿਰ 'ਤੇ, ਵੀ ਅਸੀਂ ਜੰਮੇ ਹਾਂ, ਅਸੀਂ ਬਾਜੇ ਢੋਲਕੀਆਂ ਬਜਾਏ ਤਾਂ ਪੰਜਾਬ ਬਚਿਆ। ਨਹੀਂ, ਪਤਾ ਨਹੀਂ ਵਾਹਿਗੁਰੂ ਪਰਮਾਤਮਾ ਨੇ ਕਿਹਦੇ ਸਿਰ 'ਤੇ ਹੱਥ ਰੱਖ ਕੇ ਕਿਹਨੂੰ ਮਾਣ ਦੇ ਦੇਣਾ। ਸੁੱਖੇ ਜਿੰਦੇ ਵਰਗੇ ਮੋਨੇ ਘੋਨੇ ਹੁੰਦੇ ਸੀ, ਕੌਮ ਦੇ ਸ਼ਹੀਦ ਬਣ ਗਏ। ਇੱਥੇ ਵਿਧੀ ਚੰਦ ਚੋਰ ਹੁੰਦਾ ਸੀ, ਗੁਰੂ ਨੇ ਥਾਪੜਾ ਦੇ ਕੇ ਕਿਹੜੇ ਪਾਸੇ ਲੈ ਆਉਂਦਾ, ਭੂਮਗੇ ਵਰਗੇ। ਭਾਈ ਸੱਜਣ ਦਾ ਪਹਿਲਾਂ ਕਿਰਦਾਰ ਕੀ ਸੀ? ਗੁਰੂ ਨੇ ਥਾਪੜਾ ਦੇ ਕੇ ਕਿੱਧਰ ਲੈ ਆਉਂਦਾ? ਜ਼ਰੂਰੀ ਨਹੀਂ ਕਿ ਜਿਹੜੇ ਨੇ ਦਾੜੀ ਕੇਸ ਰੱਖਿਆ ਸਾਡਾ ਹਿੱਸਾ ਰੱਖਣੇ ਆ, ਪਰ ਇਹ ਭੁਲੇਖ 'ਚ ਨਾ ਰਹੋ ਕੋਈ। ਇੱਥੇ 20 ਸਾਲ ਦੀਵਾਨ ਤੋਂ ਸੁਣਨ ਵਾਲੇ ਗੰਦੇ ਗੀਤਾਂ 'ਤੇ ਨੱਚਣ ਲੱਗ ਗਏ, ਅਤੇ 20 ਸਾਲਾਂ ਤੋਂ ਗੰਦਾ ਗਾਉਣ ਵਾਲੇ ਪੰਜਾਬ ਦੀ ਸੋਚ ਗੁਰੂ ਪ੍ਰਤੀ ਮੁੜਨ ਲੱਗ ਪਏ ਆ। ਇਹ ਕੋਈ ਪਤਾ ਨਹੀਂ ਹੁੰਦਾ ਕਿਹਨੂੰ ਦਾਤਾ ਕਦੋਂ ਕਿਵੇਂ ਮਾਣ ਦੇ ਦੇ, ਕਿਉਂਕਿ ਜੀ ਆ ਨਾ, ਕੀੜੇ ਪੱਕੇ ਫਲਾਂ 'ਚ ਕੀੜੇ ਪੈ ਜਾਂਦੇ ਕਈ ਵਾਰੀ, ਪੱਕਾ ਜਿਹੜਾ ਆਪਾਂ ਲੋਕਾਂ ਨੂੰ ਪੱਕ ਗਿਆ ਉਹ 'ਚ ਕੀੜੇ ਪੈ ਜਾਂਦੇ ਹੁੰਦੇ ਆ। ਇਹ ਬਹੁਤ ਵੱਡਾ ਭੁਲੇਖਾ ਵੀ, ਅਸੀਂ ਪੱਕ ਗਏ, ਇਹਦਾ ਗੁਰੂ ਪਰਮਾਤਮਾ ਹੱਥ ਰੱਖੇ, ਬਖਸ਼ਿਸ਼ ਰੱਖੇ। ਖੈਰ, ਜਿਹੜੀ ਬੇਨਤੀ ਕਰਿਆ ਸੀ ਨੌਜਵਾਨ ਵੀਰਾਂ ਨੂੰ, ਜਿਹੜੇ ਤੁਸੀਂ ਸਿੱਧੂ ਮੂਸੇਵਾਲ ਨੂੰ ਫਾਲੋ ਕਰਦੇ ਹੋ, ਗੂਗਲ 'ਤੇ ਸਰਚ ਕਰੋ ਬਾਬਾ ਜਰਨੈਲ ਸਿੰਘ ਬਾਰੇ, ਗੂਗਲ 'ਤੇ ਸਰਚ ਕਰੋ ਅਨੰਦਪੁਰ ਸਾਹਿਬ ਦਾ ਮਤਾ, ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ, ਅਨੰਦਪੁਰ ਸਾਹਿਬ ਦਾ ਮਤਾ ਕੀ ਸੀ, SYL ਦਾ ਕੀ ਮਸਲਾ, ਸਾਡੇ ਪਾਣੀ ਕਿਵੇਂ ਲੁੱਟੇ ਜਾ ਰਹੇ ਆ, ਅਸੀਂ ਆਪਣੀ ਹੋਂਦ ਨੂੰ ਬਚਾਉਣ ਲਈ ਕਿਵੇਂ ਸੰਘਰਸ਼ ਕਰਨਾ, ਮੂਸੇਵਾਲਾ ਪੰਜਾਬ ਨੂੰ ਪਿਆਰ ਕਰਦਾ, ਮੂਸੇਵਾਲੇ ਦਾ ਰੋਲ ਮਾਡਲ ਆ, ਉਹਦੀ ਟਰਾਲੀ ਮਗਰ ਲਿਖਿਓ, ਸ਼ਬਦ ਪੜ੍ਹਿਓ। ਮੈਂ ਜ਼ਮੀਰ ਦੇ ਸਰੀਰ ਦਾ ਮਰਨਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ। ਇਹ ਸ਼ਬਦ ਕਿਹਨੇ ਕਹੇ ਆ? ਉਹ ਕੌਣ ਹੈ? ਬਾਬਾ ਜਰਨੈਲ ਸਿੰਘ, ਫਖਰੇ ਕੌਮ।
ਉਹਦੇ ਬਾਰੇ ਸਰਚ ਕਰੋ। ਮੂਸੇ ਵਾਲੇ ਦੀਆਂ ਮੱਟੀਆਂ ਨੂੰ ਮੱਥਾ ਨਾ ਟੇਕੋ, ਤੁਸੀਂ ਪਿਆਰ ਕਰਦੇ ਹੋ ਮੂਸੇ ਵਾਲ ਨੂੰ, ਤੁਹਾਡੇ ਪਿਆਰ ਨੂੰ ਸਿਜਦਾ ਹਰ ਇੱਕ ਜਿਹੜਾ ਹੈਗਾ ਜਜ਼ਬਾਤੀ ਆ ਬੰਦਾ, ਠੀਕ ਹੈ ਉਹਦੀ ਇੱਜ਼ਤ ਕਰੋ ਪਿਆਰ ਕਰੋ, ਪਰ ਉਹਦੀਆਂ ਮੱਟੀਆਂ ਕਬਰਾਂ ਬਣਾ ਕੇ ਮੱਥਾ ਨਾ ਟੇਕੋ। ਇਹਨੇ ਮੈਨੂੰ ਲੱਗਦਾ ਮੂਸੇ ਵਾਲੀ ਦੀ ਰੂਹ ਨੂੰ ਕੰਡੈਮ ਕਰਨਾ, ਉਹਦੀ ਰੂਹ ਛੱਲਣੀ ਹੋਣੀ ਆ। ਸੋ ਜਿਹੜੇ ਵਾਕਈ ਪੰਜਾਬ ਨੂੰ ਪਿਆਰ ਕਰਦੇ ਹੋ, ਉਹਦੇ ਮਾਂ ਪਿਓ ਨੇ ਵੀ ਕਿਹਾ ਉਹਦੀਆਂ ਕਬਰਾਂ ਮੱਟੀਆਂ ਬਣਾ ਕੇ ਨਾ ਪੂਜੋ। ਉਹ ਮੂਸੇ ਵਾਲੇ ਨੇ ਜਿਹੜੀਆਂ ਗੱਲਾਂ ਪਿੱਛੋਂ ਕੇਸਾਂ ਨੂੰ ਪਿਆਰ ਕਰਦਾ ਸੀ, ਦਸਤਾਰ ਨੂੰ ਪਿਆਰ ਕਰਦਾ ਸੀ, ਉਹ ਪੰਜਾਬ ਨੂੰ ਪਿਆਰ ਕਰਦਾ ਸੀ, ਇੱਧਰਲੇ ਪਾਸੇ ਨੂੰ ਤੁਰ ਗਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।